ਅਸੀਂ ਦੋਸਤ ਸਿੱਧੂ ਮੂਸੇ ਵਾਲੇ ਵੀਰ ਦੇ ਪਿੰਡ ਖੜੇ ਆ, ਪਿੰਡ ਮੂਸਾ ਜ਼ਿਲ੍ਹਾ ਮਾਨਸਾ, ਬੱਸ ਸਟੈਂਡ ਦੇ ਜਮਾ ਨੇੜੇ ਆ, ਉਹ ਬੱਸ ਸਟੈਂਡ ਰਹਿ ਗਿਆ ਤੇ ਇੱਧਰ ਕਹਿੰਦੇ ਸਿੱਧੂ ਇਲੈਕਟ੍ਰੋਨਿਕ ਵਹੀਕਲ ਸਟੋਰ ਤੇ ਖੜੇ ਆ, ਜਿੱਥੇ ਸਕੂਟਰੀਆਂ ਦਾ ਆਪਾਂ ਕਹਿ ਦਈਏ ਖਜ਼ਾਨਾ। ਕੀ ਹਾਲ ਆ ਵੀਰਾ? ਲੋਟਾ ਕਿਵੇਂ ਆ ਗੱਲਬਾਤ? ਫਿਰ ਪੂਰੀ ਸਿਰਾ ਗੱਲਬਾਤ ਆ ਬਈ, ਜੇ ਆਪਣੀ ਵੀਡੀਓ ਦੇਖ ਕੇ ਆਉਂਦਾ ਗੁਈ ਪੂਰਾ ਮਾਨਤਾਨ ਕਰਾਂਗੇ। ਠੀਕ ਆ, ਟੈਕਸੋਮੋ ਦੀਆਂ ਮੋਟਰਾਂ ਆਉਂਦੀਆਂ ਸੀ ਪਹਿਲਾਂ ਹਨਾ, ਤੇ ਉਦੋਂ ਤੋਂ ਕੰਪਨੀ ਕਹਿੰਦੇ ਫੁੱਲ ਟੌਪ ਤੇ ਹੈ, ਟੌਪ ਤੇ ਹੈ। ਤੇ ਬਾਕੀ ਗੱਲ ਕਰੀਏ ਮੜਾ, ਰੇਟਾਂ ਬਾਰੇ ਜਾਣਕਾਰੀ ਦੇ ਦੇ। ਜਿਵੇਂ ਆ ਆ ਗਿਆ ਜੀ ਮਾਡਲ ਆਪਣਾ, ਡਿਸਕ ਬ੍ਰੇਕ ਹੈ, 10 ਇੰਚੀ ਟਾਇਰ ਹੈ, ਫੁੱਲ ਹੈਵੀ ਹੈ। ਠੀਕ ਆ, ਠੀਕ ਹੈ, 35,000 ਤੋਂ ਸਟਾਰਟ ਹੈ, ਲੱਖ ਦੀਆਂ ਤਿੰਨ ਦੇ ਦੇਵਾਂਗੇ ਬਈ, ਲੱਖ ਦੀਆਂ ਤਿੰਨ। ਹਾਂ, ਤੁਹਾਡੀ ਵੀਡੀਓ ਦੇਖ ਕੇ 99 ਦੀਆਂ ਤਿੰਨ ਦੇ ਦੇਵਾਂਗੇ ਯਾਰ। ਠੀਕ, ਇਧਰੋਂ ਆ ਗਿਆ ਨਵੀਂ ਮਾਡਲ ਬਾਈ, ਇਹ ਆ ਗਿਆ LED ਲਾਈਟ ਚ ਆ ਗਈ ਇਹ ਸਕੂਟਰੀ। ਠੀਕ ਹੈ, ਇਹ ਸਾਲ ਦੀ ਗਾਰੰਟੀ ਚ ਬਾਈ ਆਪਾਂ ਦੇ ਦਾਂਗੇ 42,000 ਦੀ। ਠੀਕ ਹੈ, 32,000 ਦੀਆਂ ਬੈਟਰੀਆਂ ਹੋਣਗੀਆਂ। ਚੱਲਣਗੀਆਂ ਕਿੰਨੇ ਕਿ ਕਿਲੋਮੀਟਰ? 60 ਕਿਲੋਮੀਟਰ ਪਲੱਸ ਚੱਲਣਗੀਆਂ। ਉਹ ਵੀ ਉਹ ਚੱਲ ਜਾਣਗੀਆਂ 55 ਤੋਂ 60 ਕਹਿ ਕੇ, ਮਤਲਬ 55। ਹਾਂ, ਚਲਾਉਣੀ ਅਗਲੇ ਤੇ ਡਿਪੈਂਡ ਆ ਹਨਾ, ਵੀ ਤਿੰਨ ਜਾਣੇ ਬਹਿ ਕੇ, ਦੋ ਬਹਿ ਕੇ, ਹੁਣ ਜੇ ਮੇਰੇ ਵਰਗੇ ਡੂ ਡੂ ਕੁਇੰਟਲ ਵਾਲੇ ਬਹਿ ਗਏ ਤਾਂ ਕਿੱਥੋਂ ਚੱਲੂ ਹਨਾ? ਨਾ ਚੱਲੂ, ਫਿਰ ਵੀ ਐਵਰੇਜ ਘਟਾ ਜੂ। ਐਵਰੇਜ ਹੀ ਕਹਿੰਦੇ ਆ। ਤੇ ਆਹ ਇਹ ਇੱਕੋ ਹੀ ਮਾਡਲ ਆ ਸਾਰਾ? ਆ ਇਹਨਾਂ ਚ ਕਲਰ ਆ ਗਏ ਬਾਈ, ਆ ਆ ਗਈ ਐਕਟਿਵਾ ਸੇਫ, ਇਹ ਵੀ ਸਾਲ ਦੀ ਗਾਰੰਟੀ ਚ ਹੈ ਨਾ। ਤੇ ਉਦੋਂ ਬਾਅਦ ਮਾਡਲ ਆਪਣੇ ਡਬਲ ਲਾਈਟ ਆ ਗਈ, ਤੇ ਆ ਡੂ ਲਾਈਟ ਦਾ ਸਕੂਟਰ ਆ ਗਿਆ ਬਾਈ। ਠੀਕ ਹੈ, ਬੈਟਰੀਆਂ ਜਿਹਦਾ ਫੁੱਲ ਹੈਵੀ ਆ, 12 ਇੰਚੀ ਟਾਇਰ ਮਾਗਰ ਮੂਰੇ ਡਿਸਕ, ਗੱਲ ਪੱਕੀ ਹੋਵੇ। ਇਹ ਚੜ ਜਾਂਦਾ ਬਾਈ 70-80 ਦੀ ਸਪੀਡ ਤੇ ਚੜਦਾ ਹੈ। ਠੀਕ ਹੈ, ਮਾਗਰ ਮੂਰੇ ਡਿਸਕ ਆ ਗਏ, ਚੜਾ ਕੇ ਦੇਖਿਆ ਤਾਂ ਆਪ ਵਿੱਚ। ਮੈਂ ਅੱਜ ਦੋ ਸੇਲ ਕੀਤੇ ਆ ਬਾਈ, ਹੈ ਦੋ ਸੇਲ ਕੀਤੇ ਅੱਜ, ਉਹਨਾਂ ਨੂੰ ਪਹਿਲਾਂ ਟ੍ਰਾਈ ਮਰਵਾਈ ਆ ਵੀ ਸਪੀਡ ਚੈੱਕ ਕਰੋ। ਠੀਕ ਹੈ, ਉਦੋਂ ਬਾਅਦ ਆ ਆ ਜਾਂਦੀ ਆ ਬਈ 6 ਬੈਟਰੀਆਂ ਚ, 12 ਇੰਚੀ ਟਾਇਰ ਆ, ਮਾਗਰ ਮੂਰੇ ਡਿਸਕ ਹੈਗੀ। ਠੀਕ ਹੈ, ਸਾਲ ਦੀ ਗਾਰੰਟੀ। ਇਹ ਕੀ ਰੇਟ ਚ ਹੈ? ਇਹ ਬਈ ਆ ਜਾਂਦੀ ਆ 6 ਬੈਟਰੀਆਂ ਚ ਆ ਜਾਂਦੀ ਆ ਆਪਣੀ 55,000 ਚ। ਠੀਕ ਆ, ਜਿਵੇਂ ਮਾਰਕੀਟ ਰੇਟ ਇਹਦਾ ਹੈਗਾ 58-7 ਤਾਈਂ ਵੀ ਵੇਚਦੇ ਆ ਲੋਕ, ਆਪਾਂ 55 ਹੀ ਦੇ ਦਿੰਦੇ ਆ ਬਈ ਐਵਰੇਜ ਫੁੱਲ ਦੀ ਵੀ। ਹਾਂ, ਫੁੱਲ ਤੇ ਫੁੱਲ ਹੀ ਹੈ ਵੀ ਆ, ਜੇ ਕੋਈ ਤੁਹਾਡੀ ਵੀਡੀਓ ਦੇਖ ਕੇ ਆ ਕੇ ਕਹਿੰਦਾ ਆਪਾਂ ਨੂੰ ਤਾਂ ਥੋੜਾ ਕਹਿੰਦਾ ਹੋਰ ਵੀ ਲੈਸ ਕਰਾਂਗੇ ਬਈ। ਠੀਕ ਆ, ਉਦੋਂ ਬਾਅਦ ਹੁੰਦਾ ਬਈ ਆ ਜੂ ਲਾਈਟ ਤੇ ਸਕੂਟਰ ਆ ਜਾਂਦਾ। ਠੀਕ ਹੈ, ਫਿਰ ਆ ਗੋਲ ਲਾਈਟ ਚ ਬੈਸ ਪਾ ਜਾਂਦਾ। ਕਿਆ ਬਾਤ ਹੈ! ਠੀਕ ਹੈ, ਇਦੋਂ ਬਾਅਦ ਆ ਫੇਰ ਆ ਜਾਂਦਾ ਜੂ ਲਾਈਟ ਚ ਜਾਲੀ ਵਾਲਾ, 12 ਇੰਚੀ ਟਾਇਰ ਨੇ। ਇਹਦੇ ਇੰਜਨ ਆ ਬਰੋਰੇ? ਜਿਵੇਂ ਇੰਜਨ ਨਹੀਂ ਬਈ, ਇਹ ਮੰਨ ਲਾ ਵੀ ਜਾਲੀ ਲਾ ਦਿੱਤੀ ਉਹਨਾਂ ਨੇ, ਜਿਵੇਂ ਆਡੀ ਸ਼ੇਪ ਬਣਾਤਾ ਇਹ। ਠੀਕ ਹੈ, ਹਾਂਜੀ, ਕੱਲਾ ਲੋਗੋ ਲਾਉਣ ਵਾਲਾ ਰਹਿ ਗਿਆ। ਇੱਕ ਜਿਵੇਂ ਆਪਣੇ ਕੋਲੇ ਵਿੱਚ ਸੈਕੰਡ ਹੈਂਡ ਕਟਾ ਜਾਂਦੇ ਆ, ਜੇ ਕਿਸੇ ਨੇ ਉਹ ਜੇ ਲੈਣੇ ਆ ਉਹ ਵੀ ਮਿਲ ਜਾਣਗੇ, ਜਿਵੇਂ ਆਹ ਖੜਾ ਇਹ ਕਿੰਨੇ ਇਹ ਆਹ ਸੋਹਣਾ ਹੈ ਨਾ ਪੂਰਾ ਘੈਂਟ, ਮੈਂ ਕਹਿੰਦਾ ਜਗਦਾ ਯਾਰ। ਇਹ ਕਿੰਨੇ ਕਦਾ ਮਿਲ ਜੂ? ਇਹ ਵੀ ਲਾ ਦਿਆਂ, ਕੋਈ ਗੱਲ ਨਹੀਂ, ਬੰਦਾ ਆਪਾਂ ਨੂੰ ਕੰਟੈਕਟ ਕਰੇ ਹੈ ਨਾ ਫੋਨ ਤੇ ਗੱਲ ਕਰੇ, ਜਿਵੇਂ ਆਹ ਖੜੀ ਹੈ ਇਹ ਵੀ ਨਾ, ਦੂਜੇ ਨੂੰ ਉਦੋਂ ਦੀ ਦਾ ਵਰਕ ਪੈਂਦਾ ਪੈ ਜਾਂਦਾ ਬਈ, ਪੈ ਜਾਂਦਾ ਮਾਲ ਤਿਆਰ ਕਰਕੇ ਦਿੰਨੋ, ਆ ਤਾਂ ਜਿਵੇਂ ਨਵੇਂ ਹੀ ਪਏ ਜਮਾ ਨਵਾਂ ਕਟਾ ਕੇ ਗਿਆ ਬਈ, ਇਹਦੇ ਚ ਬੈਟਰੀਆਂ ਡਿੱਡ ਸੀ, ਬੈਟਰੀਆਂ ਆਪਾਂ ਅਗਲੇ ਨੂੰ ਜਿਹੇ ਜਿਹੇ ਉਹਨੇ ਰੇਟ ਲਾਉਣਾ ਉਹੋ ਜਿਹੀਆਂ ਬੈਟਰੀਆਂ ਦੇ ਦੇਵਾਂਗੇ। ਠੀਕ ਹੈ, ਗਰੰਟੀ ਵਾਲੀਆਂ ਬੈਟਰੀਆਂ ਲਾਉਣੀਆਂ ਉਹੋ ਜਿਹਾ ਰੇਟ ਮੰਗ। ਠੀਕ ਹੈ, ਨੰਬਰ ਬੋਲ ਦੇ। ਨੰਬਰ ਬਾਈ ਨੋਟ ਕਰ ਲਓ, 84464-7676-0270। ਠੀਕ ਹੈ, ਸੋ ਦੋਸਤੋ ਆਇਓ, ਤੁਹਾਨੂੰ ਬਾਰੇ ਵੀ ਇੱਕ ਵਾਰੀ ਲੋਕੇਸ਼ਨ ਦਿਖਾ ਦਈਏ। ਇੱਧਰ ਬੈਕ ਸਾਈਡ ਸਿੱਧੂ ਦੀ ਹਵੇਲੀ ਆ ਗਈ ਬਾਈ। ਹਾਂਜੀ, ਇੱਧਰ ਬਾਈ ਸਿੱਧੂ ਦੀ ਹਵੇਲੀ ਆ ਗਈ, ਇੱਧਰਲੇ ਪਿੱਛੇ ਹੈ ਨਾ। ਹਾਂਜੀ, ਤੇ ਉਹ ਤੁਸੀਂ ਦੇਖ ਰਹੇ ਹੋ, ਤੇ ਬਾਕੀ ਇੱਧਰ ਗੱਲ ਕਰੀਏ ਨੰਬਰਾਂ ਦੀ, ਨੰਬਰ ਵੀ ਤੁਸੀਂ ਨੋਟ ਕਰ ਲਓ। ਉਧਰ ਕਹਿੰਦੇ ਮੂਰੇ ਦੋਸਤੋ ਪਾਰਟੀ ਸ਼ਾਟੀ ਕਰਨ ਨੂੰ, ਹਾਂ ਜਿਹੜਾ ਕੋਈ ਸ਼ਾਮ ਨੂੰ ਸਕੂਟਰੀ ਲੈਂਦਾ ਉਹਦਾ ਫਨ ਸ਼ਨ ਕਰ ਲੈਂਦਾ। ਹਾਂ, ਇੱਧਰ ਜੀਗਨ ਵਾਲਾ ਵੀ ਬਣੇ ਹੋਇਆ। ਹਾਂ, ਕਰ ਦਿਓ ਜੀ ਸ਼ੇਅਰ, ਤੇ ਲੈ ਜਾਓ ਸਕੂਟਰੀਆਂ, ਲੱਗ ਹੀ ਸੇਲ ਹੈ। ਹਾਂਜੀ, ਧੰਨਵਾਦ ਜੀ।